ਜੀ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਤੇ ਅਸਲਾਮ ਵਾਲੇਕੁਮ ਜੀ ਅੱਜ ਦੀ ਵੀਡੀਓ ਹੈਗੀ ਆ ਖਾਸ ਉਹਨਾਂ ਭੈਣ ਭਰਾਵਾਂ ਵਾਸਤੇ ਜਿਹੜੇ ਕ੍ਰੋਸ਼ੀਆ ਜਾਣਾ ਚਾਹੁੰਦੇ ਆ ਠੀਕ ਹੈ ਜੀ ਕ੍ਰੋਸ਼ੀਆ ਇੱਕ ਬਹੁਤ ਵਧੀਆ ਕੰਟਰੀ ਆ ਪਿਛਲੇ ਕੁਝ ਟਾਈਮ ਚ ਉੱਪਰ ਕੇ ਆ ਰਹੀ ਆ ਠੀਕ ਹੈ ਜੀ ਤੇ ਮੈਂ ਅੱਜ ਗੱਲ ਕਰੂੰਗਾ ਕ੍ਰੋਸ਼ੀਆ ਦੇ ਵਿੱਚ ਕਿਹੜੀਆਂ-ਕਿਹੜੀਆਂ ਜੌਬਸ ਹੈਗੀਆਂ ਵਾ ਕਿੱਦਾਂ ਦੀ ਜੌਬਸ ਹੈਗੀਆਂ ਕਿਹੜੇ-ਕਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਧਿਆਨ ਰੱਖਣੀਆਂ ਵਾ ਤੇ ਤੁਹਾਡਾ ਏਜੰਟ ਤੁਹਾਡੀ ਵੀਜ਼ਾ ਅਪਲਾਈ ਕਰਦਾ ਵਾ ਤਾਂ ਉਹਦੇ ਵਿੱਚ ਕੀ-ਕੀ ਜਿਹੜੀਆਂ ਚੀਜ਼ਾਂ ਤੁਹਾਨੂੰ ਮੇਨ ਰੱਖਣ ਦੀ ਜ਼ਰੂਰਤ ਆ ਤੇ ਕਿ ਤੇ ਵੀਡੀਓ ਦੇ ਵਿੱਚ ਆਪਾਂ ਇਹੋ ਜਿਹੀਆਂ ਗੱਲਾਂ ਕਰਨੀਆਂ ਸਭ ਤੋਂ ਪਹਿਲਾਂ ਜੀ ਮੇਰੇ ਭਰਾ ਜਿਹੜੇ ਤੁਸੀਂ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਆਨਲਾਈਨ ਟਾਈਮ 'ਚ ਆਪਾਂ ਹੋਰ ਵਧੀਆ-ਵਧੀਆ ਇਨਫੋਰਮੇਸ਼ਨ ਲੈ ਕੇ ਆਉਂਦੇ ਰਹਿੰਨੇ ਆ ਠੀਕ ਹੈ ਜੀ ਤੁਹਾਡੀ ਹੈਲਪ ਵੀ ਕਰਦੇ ਆ ਜੋ ਮੇਰੇ ਭਰਾਣ ਕਿਸੇ ਨੇ ਗੱਲ ਕਰਨੀ ਆ ਤਾਂ ਮੈਨੂੰ ਇੰਸਟਾਗ੍ਰam 'ਤੇ ਤੁਹਾਡਾ ਫਲੈਸ਼ ਹੋ ਰਿਹਾ ਮੇਰਾ ਉਹਦੇ ਤੇ ਤੁਸੀਂ ਮੈਸੇਜ ਕਰਦੇ ਹੈਰੀ ਪ੍ਰਿੰਸ ਜੀਰਾ ਉਹਦੇ ਤੇ ਤੁਸੀਂ ਮੈਸੇਜ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਆ ਠੀਕ ਹੈ ਜੀ ਸੋ ਵੀਡੀਓ 'ਚ ਆਪਾਂ ਇਹੋ ਜਿਹੀਆਂ ਗੱਲਾਂ ਕਰਨੀਆਂ ਬਾਲਾ ਟਾਈਮ ਲਈ ਤੁਹਾਡਾ ਕਰਾਉ ਕਰਦੇ ਹ ਜਦੋਂ ਮੈਂ ਗੱਲ ਕਰੀ ਆ ਕਿ ਆਪਾਂ ਕਰੋਸ਼ੀਆ ਬਾਰੇ ਗੱਲ ਕਰਨੀ ਆ ਕਰੋਸ਼ੀਆ ਇੱਕ ਬਹੁਤ ਵਧੀਆ ਕੰਟਰੀ ਆ ਕਰੋਸ਼ੀਆ ਕੰਟਰੀ ਨੇ ਬਹੁਤ ਜ਼ਿਆਦਾ ਪਿਛਲੇ ਟਾਈਮ 'ਚ ਵੀਜ਼ੇ ਦਿੱਤੇ ਆ ਏਜੰਟ ਇੱਕ ਤੋਂ ਵੀਜ਼ੇ ਦਵਾ ਕੇ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੇ ਇਹਨਾਂ ਚੀਜ਼ਾਂ ਨੂੰ ਤੇ ਇਹਦੇ ਵਿੱਚ ਇਹ ਵੀ ਹੈਗੀ ਆ ਕਿ ਅਜੇ ਆਪਾਂ ਗੱਲ ਕਰੀਏ ਕਿ ਕਿੰਨੇ ਕ ਪਰਸੈਂਟ ਚਾਂਸ ਹੈਗੇ ਕਰੋਸ਼ੀਆ ਦੇ ਵੀਜ਼ੇ ਦੇ ਤਾਂ ਉਹ 'ਚ 100 'ਚ 99% ਚਾਂਸ ਆ ਕਰੋਸ਼ੀਆ ਵੀਜ਼ਾ ਦਿੰਦਾ ਠੀਕ ਹੈ ਸੋ ਜੇ ਤੁਸੀਂ ਕਰੋਸ਼ੀਆ ਦਾ ਅਪਲਾਈ ਕਰ ਚੁੱਕੇ ਆ ਜਾਂ ਕਰਨਾ ਚਾਹੁੰਦੇ ਆ ਤਾਂ ਇਹ ਬੇਝਿਜਕ ਕੇ ਅਪਲਾਈ ਕਰੋ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਮੇਨ ਚੀਜ਼ਾਂ ਹੁੰਦੀਆਂ ਕਿ ਦੋ ਚ ਇੱਕ ਤਾਂ ਹੁੰਦਾ ਵਾ ਕਿ ਸਕਿਲਡ ਵਰਕਰ ਇੱਕ ਹੁੰਦਾ ਅਨਸਕਿਲਡ ਵਰਕਰ ਠੀਕ ਹੈ ਜੀ ਪਿੱਛੇ ਜੇ ਮੈਂ ਵੀਡੀਓ ਵੀ ਪਾਈ ਸੀ ਉਹਨੂੰ ਬਹੁਤ ਵਧੀਆ ਪਿਆਰ ਦਿੱਤਾ ਸੋ ਵੀਡੀਓ ਨੂੰ ਕਲੈਰੀਫਾਈ ਕਰਨ ਲਈ ਫੇਰ ਮੈਂ ਅੱਗੇ ਗੱਲ ਕਰ ਲਾਂ ਕਿ ਉਹਦੇ ਵਿੱਚ ਮੈਂ ਰੇਟਸ ਨਹੀਂ ਦੱਸੇ ਸੀ ਤਾਂ ਥੋੜੀਆਂ ਚੀਜ਼ਾਂ ਕਮੀਆਂ ਰਹਿ ਗਈਆਂ ਸੀ ਜੇ ਮੇਰੇ ਭਰਾਵਾਂ ਨੇ ਉਹ ਵੀਡੀਓ ਦੇਖਣੀ ਹੈ ਤਾਂ ਤੁਹਾਨੂੰ ਵੀਡੀਓ ਮਿਲ ਜੂਗੀ ਥੱਲੇ ਡਿਸਕ੍ਰਿਪਸ਼ਨ 'ਚ ਵੀ ਮਿਲ ਜੂਗੀ ਤਾਂ ਤੁਹਾਨੂੰ ਮੇਰੇ ਚੈਨਲ ਤੇ ਵੀ ਮਿਲ ਜੂਗੀ ਠੀਕ ਹੈ ਜੀ ਸੋ ਇੱਥੇ ਸਕਿੱਲ ਤੇ ਅਨਸਕਿੱਲ ਵਰਕਰਾਂ ਦੀ ਹੁੰਦੀ ਹੈ ਇਹ ਡਿਮਾਂਡ ਆਉਂਦੀ ਹੀ ਰਹਿੰਦੀ ਆ ਔਨ ਅਲ ਟਾਈਮ 'ਚ ਕਿਉਂਕਿ ਬਹੁਤ ਸਾਰੇ ਸ਼ੈ ਨਗਰ ਚ ਚਲੇ ਜਾ ਰਹਾ ਸੋ ਇਹ ਤਾਂ ਮੈਨੂੰ ਵੀ ਪਤਾ ਮੈਂ ਮਰ ਜਾਣਾ ਵਾ ਪਰ ਕਿਦਦਨ ਮਰਨਾ ਹਨਾ ਇਹ ਮੈਨੂੰ ਨਹੀਂ ਨਾ ਪਤਾ ਠੀਕ ਆ ਤੇ ਉਦਾਂ ਹੀ ਇਹ ਆ ਵੀ ਚ ਹਾਲਾ ਕਿ ਗੱਲ ਚੱਲ ਰਹੀ ਆ ਮੈਂ ਵੀ ਰੀਡ ਕੀਤਾ ਸੀ 2024 ਚ ਚਾਂਸਸ ਹੈਗਾ ਕੋਈ ਕੁਛ ਡਾਟਾ ਵੱਲੋਂ 2022 ਚ ਵੀ ਕਿਹਾ ਗਿਆ ਕਿ 2022 ਚ ਵੀ ਹੋ ਜਾਣਾ ਠੀਕ ਆ ਤੇ ਬਾਕੀ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਠੀਕ ਆ ਵੀ ਆ ਜਾਣਾ ਜਾਂ ਨਾ ਆ ਜਾਣਾ ਅਲੱਗ ਗੱਲਾਂ ਬਟ ਤੁਹਾਨੂੰ ਵੀਜ਼ਾ ਸਸਤਾ ਮਿਲ ਰਿਹਾ ਠੀਕ ਆ ਜੀ ਤੇ ਵੀਜ਼ਾ ਧੜਾ ਧੜ ਮਿਲ ਰਿਹਾ ਜੋ ਕੱਲ ਨੂੰ ਜੇ ਆਉਂਦਾ ਵਾ ਜਾਂ ਤੁਸੀਂ ਇੱਥੋਂ ਜਾਣਦੇ ਆ ਉਹ ਮੂਵ ਹੋਣ ਵਾਲੀਆਂ ਗੱਲਾਂ ਵੀ ਆਪਾਂ ਕਰਾਂਗੇ ਠੀਕ ਆ ਸਕਿੱਲ ਤੇ ਅਨਸਕਿੱਲ ਵਰਕਰਾਂ ਦੀ ਜਿਹੜੀ ਮੈਂ ਚੀਜ਼ ਮੈਂ ਗੱਲ ਕਰ ਰਿਹਾ ਸੀ ਕਿ ਸਕਿੱਲ ਤੇ ਅਨਸਕਿੱਲ ਵਰਕਰਾਂ ਦੀ ਲੋੜ ਬਹੁਤ ਰਹਿੰਦੀ ਆ ਕੰਪਲੀਟ ਟਾਈਮ ਤੋਂ ਟਾਈਮ ਰਿਕੁਆਇਰਮੈਂਟ ਮੰਗਦੀ ਰਹਿੰਦੀ ਆ ਟਾਈਮ ਟੂ ਟਾਈਮ ਰਿਕੁਆਇਰਮੈਂਟ ਦਿੰਦੀ ਰਹਿੰਦੀ ਆ ਸੋ ਬਹੁਤ ਜ਼ਿਆਦਾ ਏਜੰਟ ਆ ਇਹ ਅਸਲ ਵਿੱਚ ਗੱਲ ਪਤਾ ਕੀ ਹੁੰਦੀ ਆ ਏਜੰਟ ਹੁੰਦੇ ਆ ਨਾ ਜਿਹੜੇ ਏਜੰਟ ਪੰਜਾਬ ਦੇ ਵਿੱਚ ਏਜੰਟ ਇਹ ਜ਼ਰੂਰੀ ਨਹੀਂ ਹੁੰਦਾ ਕ੍ਰੋਸ਼ੀਆ ਪਹਿਲਾਂ ਤੋਂ ਵੀ ਓਪਨ ਸੀ ਕ੍ਰੋਸ਼ੀਆ ਇਹ ਇਹ ਨਹੀਂ ਵੀ ਆ ਹੁਣ ਜੇ ਹੀ ਪੈਦਾ ਹੋ ਗਿਆ ਕ੍ਰੋਸ਼ੀਆ ਹੁਣ ਏਜੰਟਾਂ ਦਾ ਸਾਰਾ ਧਿਆਨ ਹੀ ਕ੍ਰੋਸ਼ੀਆ ਵੱਲ ਚਲਾ ਗਿਆ ਕਿਉਂਕਿ ਜ ਰੋਮਾਨੀਆ ਵਾਲ ਨੂੰ ਧਿਆਨ ਦੇ ਲਾ ਪਿਆ ਸੋ ਇਦਾਂ ਦਾ ਕੋਈ ਇਸ਼ੂ ਨਹੀਂ ਹੁੰਦਾ ਕਿ ਕਰੋਸ਼ੀਆ ਪਹਿਲਾਂ ਬੰਦ ਸੀ ਤੇ ਹੁਣ ਹੀ ਖੁੱਲ੍ਹਾ ਵਾ ਠੀਕ ਆ ਸੋ ਇੱਕ ਚੀਜ਼ ਮੇਰਾ ਭਰਾ ਮੈਂ ਮੀਨਦੇ ਆ ਧਿਆਨ ਦੇਣ ਵਾਲੀ ਗੱਲ ਸੁਣ ਲਓ ਕੋਈ ਵੀ ਕੰਟਰੀ ਪਹਿਲਾਂ ਕਦੇ ਬੰਦ ਨਹੀਂ ਹੁੰਦੀ ਤੇ ਕੋਈ ਵੀ ਕੰਟਰੀ ਹਮੇਸ਼ਾ ਲਈ ਖੁੱਲੀ ਨਹੀਂ ਹੁੰਦੀ ਠੀਕ ਹੈ ਜੀ ਇਦਾਂ ਦਾ ਕੋਈ ਇਸ਼ੂ ਨਹੀਂ ਹੁੰਦਾ ਇਹ ਸਿਰਫ ਏਜੰਟਾਂ ਦੀਆਂ ਹਵਾਈ ਚਲਾਈ ਹੁੰਦੀ ਆ ਕਿ ਹਾਂ ਆਹ ਕੰਟਰੀ ਖੁੱਲ ਗਿਆ ਕੰਟਰੀ ਖੁੱਲ ਗਈ ਕਿਉਂ ਉਹਨਾਂ ਦੇ ਪਿਓ ਦੀ ਕੰਟਰੀ ਆ ਉਹਨਾਂ ਨੂੰ ਪਤਾ ਵਾ ਹਨਾ ਐਵੇਂ ਮਾਰੀ ਜਾਂਦੇ ਰਹਿੰਦੇ ਤੁਸੀਂ ਇਹਨਾਂ ਚੀਜ਼ਾਂ ਤੇ ਧਿਆਨ ਨਾ ਆਦਿਆ ਕਰੋ ਤੁਸੀਂ ਮੇਨ ਚ ਉਹਨਾਂ ਵਾਸਤੇ ਇਹ ਆ ਕਿ ਤੁਹਾਨੂੰ ਪਹਿਲਾਂ ਪੈਸੇ ਥੋੜੇ-ਬਹੁਤ ਪੇ ਕਰਨੇ ਪੈਂਦੇ ਆ ਕਿਉਂਕਿ ਕੰਪਨੀ ਤੁਹਾਡੀ ਅੱਜਕੱਲ ਇੰਟਰਵਿਊ ਮੰਡੇਟਰੀ ਕਰਦੀ ਆ ਠੀਕ ਆ ਜਿਹਨੇ ਅਨਸਕਿਲਡ ਵਰਕਰ ਆ ਅਗਰ ਤੁਸੀਂ ਇੰਟਰਵਿਊ ਦਿੰਨੇ ਆ ਠੀਕ ਆ ਉਹਦੇ ਵਿੱਚ ਇਹ ਆ ਕਿ ਤੁਹਾਨੂੰ ਇੰਟਰਵਿਊ ਕਰਕੇ ਕਿਉਂਕਿ ਕੰਪਨੀ ਨਾਲ ਵੀ ਬਹੁਤ ਫਰਾਡ ਹੋ ਜਾਂਦਾ ਕਈ ਬੰਦੇ ਕੰਮ ਆਉਂਦਾ ਨਹੀਂ ਹੁੰਦਾ ਏਜੰਟ ਧੜਾ-ਧੜ ਬੰਦੇ ਭੇਜੀ ਜਾਂਦੇ ਆ ਬੰਦੇ ਨੂੰ ਇੰਗਲਿਸ਼ ਚ ਤਾਕਣੀ ਆਉਣੀ ਹੁੰਦੀ ਠੀਕ ਆ ਸੋ ਇਹ ਚੀਜ਼ਾਂ ਵੀ ਕੰਪਨੀਆਂ ਅੱਜਕੱਲ ਚੈੱਕ ਕਰਨ ਲੱਗ ਪਈਆਂ ਸੋ ਅਗਲੀ ਗੱਲ ਜਿਹੜੀ ਮੇਨ ਧਿਆਨ ਰੱਖਣ ਵਾਲੀ ਆ ਕਿਉਂਕਿ ਕਰੋਸ਼ੀਆ ਕੀ ਈਵਨ ਕੀ ਯੂਰੋਪ ਦੀਆਂ ਬਹੁਤ ਸਾਰੀਆਂ ਕੰਟਰੀਆਂ ਪੀਸੀਸੀ ਮੰਗਦੀਆਂ ਕ੍ਰਿਮੀਨਲ ਰਿਕਾਰਡ ਆਪਣਾ ਮੰਗਦੀਆਂ ਠੀਕ ਆ ਕਿਉਂਕਿ ਇਹ ਕੰਟਰੀਆਂ ਆਪਣੇ ਆਪ ਨੂੰ ਕਲੀਨ ਰੱਖਣਾ ਚਾਹੁੰਦੀਆਂ ਜੇ ਇਹਨਾਂ ਕੋਲ ਬੰਦੇ ਕੰਮ ਕਰਨ ਉਹ ਤਾਂ ਇਹ ਕਲੀਨ ਹੋਣ ਠੀਕ ਹੈ ਸੋ ਇਹ ਚੀਜ਼ ਦਾ ਜਰੂਰ ਤਿਆਰ ਰੱਖਿਆ ਕਰੋ ਹਨਾ ਕਿ ਜੇ ਤੁਸੀਂ ਕਿਸੇ ਵੀ ਏਜੰਟ ਕੋਲ ਜਾਂਦੇ ਹੋ ਜਾਂ ਕੁਝ ਵੀ ਆ ਜਾਂ ਤੁਸੀਂ ਕਿਸੇ ਵੀ ਕੰਟਰੀ ਲਈ ਅਪਲਾਈ ਕਰਨਾ ਚਾਹੁੰਦੇ ਆ ਤਾਂ ਪੀਸੀਸੀ ਆਪਣੀ ਬਣਾ ਕੇ ਰੱਖੋ ਪੀਸੀਸੀ ਅਗਰ ਜੇ ਹੁਣ ਦੋ ਤਰ੍ਹਾਂ ਦੀਆਂ ਪੀਸੀਸੀਆਂ ਹੁੰਦੀਆਂ ਇੱਕ ਹੁੰਦੀ ਐ एसएसपी ਦਫ਼ਤਰ ਵਾਲੀ ਇੱਕ ਹੁੰਦੀ ਐ ਪਾਸਪੋਰਟ ਦੀ ਜਿਹੜੀ ਪਾਸਪੋਰਟ ਵਾਲੀ ਹ ਸੋ ਇਸ ਤੋਂ ਬੈਟਰ ਆ ਕਿ ਤੁਸੀਂ ਉਹ ਅੰਬੈਸੀ ਲਈ ਬਣਵਾ ਲਿਓ ਇਸ ਤੋਂ ਬੈਟਰ ਆ ਕਿ ਤੁਸੀਂ ਐਸਐਸਪੀ ਦਾਫਤਰ ਵਾਲੀ ਬਣਾ ਲਓ ਉਹਦੇ ਨਾਲ ਇਹ ਹੋ ਜਾਂਦਾ ਵਾ ਕਿ ਐਸਐਸਪੀ ਦਫਤਰ ਵਾਲੀ ਹੋਵੇ ਹੁਣ ਕਈ ਭਰਾ ਨੂੰ ਨਹੀਂ ਪਤਾ ਨੋ ਤੁਸੀਂ ਸਬੂਧਾ ਕੇਂਦਰ 'ਚ ਜਾਓ ਸਬੂਧਾ ਕੇਂਦਰ ਜਾਂ ਲੋਕਲ ਥਾਣੇ 'ਚ ਜਾਓ ਆਪਦੇ ਉਹਨਾਂ ਨੇ ਤੁਹਾਨੂੰ ਦੱਸ ਦੇਣਾ ਠੀਕ ਹੈ ਜੀ ਉਹ ਐਸਐਸਪੀ ਦਫਤਰ ਵਾਲੀ ਦਾ ਇਹ ਫਾਇਦਾ ਹੋਵੇਗਾ ਕਿ ਤੁਸੀਂ ਮੰਨ ਲਓ ਫੋਰ ਐਗਜ਼ਾਮਪਲ ਕ੍ਰੋਸ਼ੀਆ ਨਹੀਂ ਅਪਲਾਈ ਕਰਨਾ ਰਮਾਨੀਆ ਕਰਨਾ ਰਮਾਨੀਆ ਨਹੀਂ ਅਪਲਾਈ ਹੋ ਜਾਣੀ ਆ ਉਹੀ ਸੇਮ ਪੀਸੀਸੀ ਚੱਲ ਜਾਨੀ ਉਹ ਟੈਸਟਡ ਵੀ ਹੁੰਦੀ ਆ ਪਟਿਆਲਾ ਹਾਊਸ ਤੋਂ ਟੈਸਟਡ ਹੁੰਦੀ ਆ ਕਿਉਂਕਿ ਜਿਹ ਹਮੇਸ਼ਾ ਟੈਸਟਡ ਚੀਜ਼ਾਂ ਹੀ ਮੰਗਦੇ ਆ ਠੀਕ ਆ ਇਹਨਾਂ ਨੂੰ ਕਿਉਂਕਿ ਫੇਕ ਡਾਕੂਮੈਂਟ ਹਰ ਇੱਕ ਕੰਟਰੀ ਚ ਬਣ ਜਾਂਦੇ ਆ ਫੇਕ ਤਾਂ ਇੰਡੀਆ ਚ ਤਾਂ ਚਲੋ ਤੁਹਾਨੂੰ ਪਤਾ ਹੀ ਆ ਫੇਕ ਬਣੀਆਂ ਜਾਂਦੇ ਹਨ ਤੇ ਇਹ ਚੀਜ਼ ਦਾ ਜਰੂਰ ਧਿਆਨ ਰੱਖੋ ਕਿ ਤੁਹਾਡੀ ਪੀਸੀਸੀ ਜ਼ਰੂਰ ਬਣੀ ਹੋਵੇ ਠੀਕ ਆ ਤੇ ਹੁਣ ਗੱਲ ਕਰਦੇ ਆ ਪਰ ਰੇਟ ਦੀ ਰੇਟ ਕਿੰਨਾਗਾ ਹਨਾ ਸੋ ਅਲੱਗ-ਅਲੱਗ ਰੇਟ ਆਈ ਕੋਈ ਏਜੰਟ ਤੁਹਾਡੇ ਤੋਂ 3.5 ਮੰਗੀਆਂ ਦਾ ਕੋਈ 3 ਮੰਗੀਆਂ ਦਾ ਕੋਈ 4 ਮੰਗੀਆਂ ਦਾ ਕੋਈ 4.5 ਮੰਗੀਆਂ ਦਾ ਕੋਈ 6 6 5 5 6 6 ਲੱਖ ਮੰਗੀਆਂ ਦਾ ਸੋ ਮੇਰਾ ਵੀਡੀਓ ਬਣਾਉਣ ਦਾ ਮਕਸਦ ਹਮੇਸ਼ਾ ਇਹ ਹੁੰਦਾ ਕਿ ਬਚੋ ਜਿੱ ਜੀ ਏਜੰਟ ਤੁਹਾਡੇ ਤੋਂ ਕੋਈ 3.5 ਲੱਖ ਜਾਂ 4 ਲੱਖ ਤਾਂ 4.5 ਲੱਖ ਰੁਪਏ ਮੰਗਦਣਾ ਫਿਰ ਵੀ ਜੈਨੂਅਲ ਆ ਠੀਕ ਆ ਏਜੰਟ ਨਾਲ ਪਹਿਲਾਂ ਗੱਲਾਂ ਕਲੀਅਰ ਕਰ ਲੋ ਕਿ ਹਾਂਜੀ ਆ ਇਹਦੇ ਵਿੱਚ ਸਾਨੂੰ ਪਹਿਲਾਂ ਕਿੰਨੇ ਪੈਸੇ ਦੇਣੇ ਪੜਿਆ ਬਾਅਦ ਚ ਕਿੰਨੇ ਦੇ ਇਹ ਪੈਸੇ ਦੇਣੇ ਪੜਿਆ ਸੋ ਮੇਰੇ ਨਾਲ ਬਹੁਤ ਸਾਰੇ ਭਰਾਵਾਂ ਦੀ ਗੱਲ ਹੁੰਦੀ ਵੀ ਰਹਿੰਦੀ ਆ ਇੱਕ ਦੋ ਏਜੰਟ ਤਾਂ ਇਦਾਂ ਵੀ ਆ ਮੈਂ ਪਹਿਲਾਂ ਵੀਡੀਓ ਹੀ ਪਾਈ ਸੀ ਠੱਗੀ ਵਾਲੀ ਹਨਾ ਇੱਕ ਦੋ ਏਜੰਟ ਤਾਂ ਇਦਾਂ ਦੇ ਵੀ ਹੈਗੇ ਆ ਲੱਖ ਲੱਖ ਡੇਢ ਲੱਖ ਰੁਪਏ ਪਹਿਲਾਂ ਹੀ ਲੈ ਲੈਂਦੇ ਆ ਪਾਸਪੋਰਟ ਦੇ ਜਾਂ ਡੇਢ ਲੱਖ ਰੁਪਏ ਦੇ ਜਾਂ ਸਾਨੂੰ ਠੀਕ ਆ ਬਾਕੀ ਜਿੱਦਨ ਤੁਹਾਡੀ ਫਾਈਲ ਸਬਮਿਟ ਕਰਾਂਗੇ ਬਾਕੀ ਪੈਸੇ ਉਧਰ ਲੈ ਲੈਣਾ ਵੀਜ਼ਾ ਆਵੇ ਜਾਂ ਨਾ ਆਵੇ ਉਹਨਾਂ ਨੇ ਆਪਣੇ ਪੈਸੇ ਲੈ ਲੈਣਾ 4 ਲੱਖ ਰੁਪਈਆ ਲੈ ਲਿਆ ਮੰਨ ਲਓ ਤੁਹਾਡਾ ਵੀਜ਼ਾ ਨਹੀਂ ਆਇਆ ਹਨਾ ਪਹਿਲੀ ਵਾਰ ਤਾਂ ਆਉਂਦਾ ਵੀਜ਼ਾ ਇਨ ਕੇਸ ਜੇ ਨਗਲੀ ਵੀਜ਼ਾ ਲਵਾਉਂਦਾ ਜਾਂ ਕੁਝ ਵੀ ਆ ਤੁਹਾਨੂੰ 4 ਲੱਖ ਚੋਂ ਤੁਹਾਨੂੰ 3.5 ਲੱਖ ਰੁਪਈਆ ਵਾਪਸ ਕਰ ਦੂ ਪਜਾ ਕੇ ਜਾਂ ਰੱਖ ਲੂ ਤੁਸੀਂ ਕਹੋਗੇ ਚਲ ਯਾਰ ਸਾਡਾ ਇਹਦਾ ਵਾਪਸ ਆ ਗਿਆ ਹਨਾ ਸੋ ਇਹ ਚੀਜ਼ਾਂ ਦਾ ਜਰੂਰ ਧਿਆਨ ਰੱਖਿਆ ਕਰੋ ਠੀਕ ਆ ਨਗਲੀ ਤੇ ਅਸਲੀ ਏਜੰਟ ਦੇ ਵਿੱਚ ਫਰਕ ਕੀ ਹੁੰਦਾ ਇਹ ਚੀਜ਼ਾਂ ਨੂੰ ਧਿਆਨ ਰੱਖੋ ਬਾਕੀ ਹੋਪ ਆ ਵੀਡੀਓ ਤੁਹਾਨੂੰ ਵਧੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਮੇਰਾ ਭਰਾ ਠੀਕ ਆ ਹੋਪ ਆ ਵੀਡੀਓ ਵਧੀਆ ਲੱਗੀ ਹੋਣੀ ਆ ਠੀਕ ਹੈ ਜੀ ਤੇ ਤਦ ਤੱਕ ਆਪਣਾ ਖਿਆਲ ਰੱਖੋ ਆਪਣੇ ਮਾਂ ਬਾਬ ਦਾ ਖਿਆਲ ਰੱਖੋ ਜੀ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੀ ਤੇ ਅਲ ਹਾਫਿਜ਼ੀ